ਦੋਸਤੋ ਤਾਂ ਇਹਦੇ ਵਿੱਚ ਨਾ ਤੀਜੇ ਗੇੜ ਦੇ ਵਿੱਚ ਫਲਟ ਆਇਆ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਪੂਰਾ ਇੰਜਨ ਪੱਟਾਂ ਤੋਂ ਬਿਨਾਂ ਆਪਾਂ ਨੇ ਇਹਦਾ ਸੈਟਿੰਗ ਕਰ ਲਈ ਆ ਅਤੇ ਇਹਦੇ ਵਿੱਚ ਕੀ ਖਰਾਬ ਨਿਕਲਿਆ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਾ ਇਹਦੇ ਆਹ ਥਰੈਡਸ ਬਣੇ ਹੁੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਬੜਾ ਬਰੀਕ ਚੀਜ਼ ਦਿਖਾਉਣਾ ਤੁਹਾਨੂੰ ਵਿਆਹ ਵਾਲੇ ਜਿਹੜੇ ਥਰੈਡਸ ਹੁੰਦੇ ਨੇ ਇਹਨਾਂ ਦੇ ਕਾਰਨ ਨਾ ਇਹਦਾ ਗੇਅਰ ਟੱਪਣ ਲੱਗ ਜਾਂਦਾ ਹੈਗਾ ਦੂਜਾ ਤੀਜਾ ਅਤੇ ਹੁਣ ਇਹਦੇ ਲਈ ਨਾ ਆਪਾਂ ਨੇ ਇਹਦਾ ਇੱਕ ਗੇਅਰ ਗੁੱਲਾ ਚੇਂਜ ਕੀਤਾ ਅਤੇ ਆਹ ਦੋਨੇ ਕੰਪਾਸਾਂ ਖਰਾਬ ਤੀਆਂ ਤੁਸੀਂ ਦੇਖ ਸਕਦੇ ਹੋ ਵੱਡੀਆਂ ਹੋਈਆਂ ਨਿਕਲੀਆਂ ਨੇਗੀਆਂ ਤਾਂ ਆਪਾਂ ਇਹਦੇ ਲਈ ਨਾ ਸੈਕਿੰਡ ਹੈਂਡ ਪੁਰਾਣੀਆਂ ਜੋ ਕਿ ਬਾਈਕ ਦੇ ਵਿੱਚ ਆਉਂਦੀਆਂ ਨੇਗੀਆਂ ਉਹ ਵਾਲੀਆਂ ਲੈ ਕੇ ਆਉਂਦੀਆਂ ਨੇਗੀਆਂ ਕੰਪਾਸਾਂ ਗੇਅਰ ਚੇਂਜਰ ਜਿਹਨਾਂ ਨੂੰ ਕਹਿ ਦਿੰਦੇ ਨੇ ਅਤੇ ਆਹ ਹੈਗੀ ਆ ਤੀਜੇ ਗੇਅਰ ਦੀ ਕਰਾ ਦਿੱਤੀ ਅਤੇ ਇਹਦਾ ਤੀਜਾ ਗੇਅਰ ਟੱਪ ਰਿਹਾ ਸੀਗਾ ਅਤੇ ਪਹਿਲਾਂ ਇਹਦੇ ਵਿੱਚ ਤੀਜਾ ਗੇਅਰ ਦੀ ਕਰਾ ਦੀ ਪਈ ਸੀਗੀ ਨਿਊ ਆ ਤੁਸੀਂ ਦੇਖ ਸਕਦੇ ਹੋ ਨਿਊ ਕਰਾ ਦੀ ਆ ਨਿਊ ਕਰਾ ਦੀ ਕਦੇ ਵੀ ਕਾਮਯਾਬ ਨਹੀਂ ਹੁੰਦੀ ਤਾਂ ਤੁਸੀਂ ਨਿਊ ਕਰਾ ਦੀ ਨਾ ਪਾਇਆ ਕਰੋ ਤਾਂ ਇਹਨੂੰ ਆਪਾਂ ਰੱਖਦੇ ਹਾਂ ਸਾਈਡ 'ਤੇ ਤਾਂ ਸਭ ਤੋਂ ਪਹਿਲਾਂ ਇਹਨੂੰ ਕਰਦੇ ਹਾਂ ਸਮਾਨ ਨੂੰ ਕਲੀਨ ਸਭ ਤੋਂ ਪਹਿਲਾਂ ਆ ਰਿਹਾ ਗੇਅਰ ਦਾ ਗੁੱਲਾ ਜੋ ਕਿ ਆਪਾਂ ਨਵਾਂ ਲੈ ਕੇ ਆਉਂਦਾ ਹੈਗਾ ਮਤਲਬ ਕਵਾੜ ਵਾਲੇ ਤੋਂ ਲੈ ਕੇ ਆਉਂਦਾ ਅਤੇ ਆ ਰਹੀਆਂ ਇਹਦੀਆਂ ਕੰਪਾਸਾਂ ਤਾਂ ਇਹਨਾਂ ਨੂੰ ਆਪਾਂ ਕੰਪਾਸਾਂ ਨੂੰ ਇਸ ਪ੍ਰਕਾਰ ਲਗਾ ਲੈਂਦੇ ਹਾਂ ਇਹਦੇ ਵਿੱਚ ਮੁੱਲੇ ਦੇ ਵਿੱਚ ਆ ਰਿਹਾ ਆਪਣੇ ਕੋਲ ਗੇਅਰ ਕੰਪਾਸ ਤਾਂ ਆਪਾਂ ਇਸ ਨੂੰ ਇਸ ਪ੍ਰਕਾਰ ਪਾ ਲੈਂਦੇ ਹਾਂ ਵਿੱਚ ਤਾਂ ਇਹਦੇ ਨਾ ਆਹ ਵਾਲਾ ਹੇਠ ਸੀਟ ਥੱਲੇ ਰਹਿਣੀ ਚਾਹੀਦੀ ਆ ਤਾਂ ਉਸ ਤੋਂ ਬਾਅਦ ਆਪਾਂ ਲਗਾਉਂਦੇ ਇਹਦੀ ਪਿੰਨਾਂ ਉਸ ਤੋਂ ਬਾਅਦ ਬਾਰੀ ਆਉਂਦੀ ਹੈ ਦੂਸਰੀ ਕੰਪਾਸ ਦੀ ਦੂਸਰੀ ਕੰਪਾਸ ਦਾ ਮੈਂ ਆਊਟ ਸਾਈਡ ਨੂੰ ਕਰ ਦੇਣਾ ਤਾਂ ਇਹਦੇ ਵਿੱਚ ਵੀ ਇੱਕ ਪਿੰਨ ਲਗਾ ਲੈਣਾ ਉੱਥੇ ਪੈਣੇ ਨੇ ਲੋਕ ਤਾਂ ਇਹਦੇ ਆਪਾਂ ਲਗਾਉਂਦੇ ਹਾਂ ਲੋਕ ਦੂਜਾ ਵੀ ਇੱਥੇ ਪਿਆ ਉਹਦੇ ਤਾਂ ਇਹਦੇ ਵਿੱਚ ਇਸ ਪ੍ਰਕਾਰ ਲੋਕ ਲੱਗ ਗਏ ਅਤੇ ਆਪਣਾ ਆਹ ਗੇਅਰ ਸਿਲੈਕਟਰ ਹੋ ਚੁੱਕਿਆ ਹੈਗਾ ਫੀਟਿੰਗ ਆਹ ਤੁਸੀਂ ਦੇਖ ਸਕਦੇ ਹੋ ਗੇਅਰ ਗੁੱਲਾ ਅਤੇ ਗੇਅਰ ਸਿਲੈਕਟਰ ਹੋ ਚੁੱਕੇ ਨੇ ਫੀਟਿੰਗ ਹੁਣ ਆਪਾਂ ਕਰ ਦੇਵਾਂਗੇ ਆਊਟਪੁੱਟ ਗਰਾਰੀ ਦੀ ਫੀਟਿੰਗ ਆ ਰਹੀ ਆਊਟਪੁੱਟ ਗਰਾਰੀ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਲਗਾਉਣਾ ਇੱਕ ਬੁਸ਼ ਉਸ ਤੋਂ ਬਾਅਦ ਵਾਰੀ ਆਉਂਦੀ ਆ ਗਰਾਰੀ ਦੀ ਜੋ ਕਿ ਵੱਡੀ ਆ ਕਿੱਕ ਦੀ ਸਾਈਡ 'ਤੇ ਆ ਫਸਟ ਗੇਅਰ ਦੀ ਗਰਾਰੀ ਆ ਤਾਂ ਇਹਨੂੰ ਲਗਾਉਂਦੇ ਹਾਂ ਇਹਦਾ ਆਹ ਡਾਊਨ ਵਾਲਾ ਪਾਸਾ ਨੀਚੇ ਰਹਿਣਾ ਚਾਹੀਦਾ ਆਹ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਹੋ ਚੁੱਕੀ ਹੈ ਫੀਟਿੰਗ ਇਹਨੂੰ ਇਹਨੇ ਫੋਲੋ ਕਰ ਲਿਆ ਸ਼ਿਮਰੂ ਵਾਲੀ ਨੂੰ ਉਸ ਤੋਂ ਬਾਅਦ ਆ ਰਹੀ ਵਾਰਸਲ
ਤੇ ਆ ਰਹੀ ਠੱਲ ਗੇਰ ਦੀ ਕਰਾਰੀ ਦੁਬਾਰਾ ਫੇਰ ਇੱਕ ਵਾਰ ਸੜ ਅਤੇ ਇੱਕ ਲਾਸਟ 'ਤੇ ਗਰਾਰੀ ਰਹਿ ਗਈ ਇਸ ਪ੍ਰਕਾਰ ਦੀ ਇਹਦੇ ਦੋਨੇ ਪਾਸੇ ਸੇਮ ਨੇ ਜਿਹੜਾ ਪਾਸਾ ਮਰਜ਼ੀ ਪਾ ਦਿਓ ਜਿਹੜੀ ਥਰਡ ਗੇਅਰ ਦੀ ਗਰਾਰੀ ਹੈ ਤਾਂ ਜਿਸ ਸਾਈਡ 'ਤੇ ਨਾ ਗੇਅਰ ਬਣਿਆ ਹੋਏਗਾ ਉਹ ਨੀਚੇ ਰੱਖਾਂਗਾ ਤਾਂ ਤੁਸੀਂ ਇਸ ਪ੍ਰਕਾਰ ਲਗਾ ਦਿੰਦੇ ਹੈ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਇੱਕ ਵਾਰਸ ਲਗਾਉਣ ਦੀ ਜੋ ਕਿ ਪਤਲੇ ਵਾਲੀ ਵਾਰਸ ਲਾ ਇਹਨੂੰ ਆਪਾਂ ਨੀਚੇ ਲਗਾਉਂਦੇ ਹਾਂ। ਇੱਕ ਛੋਟੇ ਮੂੰਹ ਵਾਲੀ ਵਾਰਸ ਲਾ ਤਾਂ ਇਸਨੂੰ ਆਪਾਂ ਲਗਾਉਂਦੇ ਹਾਂ ਉੱਪਰ। ਤਾਂ ਉਸ ਤੋਂ ਬਾਅਦ ਆ ਰਹੀ ਇਨਪੁੱਟ, ਇਨਪੁੱਟ ਦੇ ਵਿੱਚ ਵੀ ਇੱਕ ਵਾਰਸ ਲੱਗੀ ਹੁੰਦੀ ਹੈ ਨੀਚੇ ਅਤੇ ਇੱਕ ਗੇਅਰ ਦੀ ਗਰਾਈ ਲੱਗੀ ਹੁੰਦੀ ਆ। ਆਹ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਫੀਟਿੰਗ ਆ ਤਾਂ ਇਸਨੂੰ ਕੁਝ ਇਸ ਪ੍ਰਕਾਰ ਆਪਾਂ ਲਗਾ ਦਿੰਦੇ ਹਾਂ। ਫਿਰ ਕੱਟ ਗਈ, ਚੱਲ ਕੋਈ ਨਹੀਂ, ਨਾਲੇ ਦੂਏ ਨੂੰ ਰੱਖ ਫੋਨ ਟੇਡਾ ਐਵੇਂ ਦੇਖੋ ਵੀ ਉਹ ਲੈਣਾ ਆਪਣੂ ਹੀ ਆ ਕਿਹੜੀਆਂ ਲੈਣਾ ਐਂ ਤੀ ਆ ਪਹਿਲਾਂ ਟਿੱਟ ਨੇ। ਹਾਂਜੀ ਤਾਂ ਇੱਕ ਲਗਾਉਣਾ ਬਾਰਸਲ, ਬਾਰਸ ਲਗਾਉਣ ਤੋਂ ਬਾਅਦ ਲਗਾਉਣਾ ਚੌਥੇ ਗੇਅਰ ਦੀ ਗਰਾਰੀ। ਆਹ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਆ ਇਨਪੁੱਟ ਸਾਕਟ। ਇਨਪੁੱਟ ਸਾਕਟ ਦੇ ਵਿੱਚ ਸਾਰੀਆਂ ਗਰਾਰੀਆਂ ਨਹੀਂ ਨਿਕਲੀਆਂ ਕਿਉਂਕਿ ਨਾ ਇਹਦੇ ਵਿੱਚ ਲੋਕ ਵਗੈਰਾ ਲੱਗੇ ਹੁੰਦੇ ਨੇਗੇ। ਜੇ ਇਹਨਾਂ ਬਾਰੇ ਡਿਟੇਲਾਂ ਤੁਸੀਂ ਜਾਣਨਾ ਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦੇ ਬਾਰੇ ਦੇ ਦਾਂਗੇ ਨੌਲੇਜ। ਤਾਂ ਉਸ ਤੋਂ ਬਾਅਦ ਆਪਾਂ ਲਗਾਉਣਾ ਗੇਅਰ ਦਾ ਸਲੈਕਟਰ। ਗੇਅਰ ਸਲੈਕਟਰ ਲਗਾਉਣ ਦੇ ਲਈ ਨਾ ਇਹਦਾ ਨਿਊਟਰਲ ਵਾਲੀ ਪੱਤੀ ਆ ਕੁਝ ਇਸ ਪ੍ਰਕਾਰ ਬਾਲੂਗੀ, ਇਸ ਪ੍ਰਕਾਰ ਆਪਾਂ ਨੇ ਬਾਲਣੀ ਹੈ ਨਾ। ਪਾਉਣ ਤੋਂ ਬਾਅਦ ਇਹਨਾਂ ਦੀ ਜਗ੍ਹਾ ਦੇ ਉੱਤੇ ਗਰਾਰੀਆਂ ਬਿਠਾ ਦਿੰਦੀ ਹੈ। ਇਹਦੇ ਆ ਚਾਰ ਨੇ, ਉਹਦੇ ਪੰਜ ਸੀ ਮੇਰੇ ਹਿਸਾਬ ਨਾਲ, ਚਾਰ ਹੁੰਦੀਆਂ ਨੇ। ਜੇ ਲੈ ਜਾਵਾਂ ਉਦੋਂ ਹੀ ਹੋਊਗਾ ਤਾਂ ਤੁਸੀਂ ਦੇਖ ਸਕਦੇ ਹੋ ਆਪਣਾ ਗੇਅਰ ਹੋ ਚੁੱਕਿਆ ਹੈਗਾ ਪੂਰਾ ਫੀਟਿੰਗ। ਤਾਂ ਹੁਣ ਇਹਦੇ ਗੇਅਰ ਪੂਰੇ ਵਰਕਿੰਗ 'ਚ ਨੇਗੇ। ਪਹਿਲਾਂ ਇਹਦੇ ਗੇਅਰ ਨਿਊਟਰਲ ਨਹੀਂ ਤੇ ਹੋ ਰਹੇ, ਤਾਂ ਹੁਣ ਤੁਸੀਂ ਦੇਖ ਸਕਦੇ ਹੋ ਗੇਅਰ ਨਿਊਟਰਲ ਫਸਟ ਸੈਕਿੰਡ ਥਰਡ ਅੱਛਾ ਆ ਤੁਸੀਂ ਦੇਖ ਸਕਦੇ ਗੇਅਰ ਪੈ ਚੁੱਕੇ ਨੇ ਚਾਰੇ। ਤਾਂ ਹੁਣ ਇਹਨੂੰ ਆਪਾਂ ਕਰ ਦਿੰਦੇ ਸਭ ਤੋਂ ਪਹਿਲਾਂ ਨਿਊਟਰਲ। ਆ ਤੁਸੀਂ ਦੇਖ ਸਕਦੇ ਗੇਅਰ ਹੋ ਚੁੱਕੇ ਨੇ ਨਿਊਟਰਲ। ਹੁਣ ਇਹਦੇ ਉੱਤੇ ਨਾ ਆਪਾਂ ਆਰ ਟੀ ਵੀ ਸਲੱਗ ਵਗੈਰਾ ਲਗਾ ਕੇ ਤਾਂ ਇਹਦਾ ਇਹ ਵਾਲਾ ਚੈਂਬਰ ਬਿਠਾ ਦਿੰਦੇ ਹੈਗੇ। ਤੁਸੀਂ ਦੇਖ ਸਕਦੇ ਹੋ ਆਪਾਂ ਪੂਰਾ ਇੰਜਨ ਨਹੀਂ ਖੋਲਿਆ, ਇਸੇ ਪ੍ਰਕਾਰ ਆਪਾਂ ਨੇ ਇਹਦੇ ਗੇਅਰ ਦਾ ਕੰਮ ਕਰ ਦਿੱਤਾ ਗਾ। ਤਾਂ ਹੁਣ ਇਸਦਾ ਆਪਾਂ ਇਹ ਵਾਲਾ ਲਗਾਉਣਾ ਚੈਂਬਰ। ਚੱਲ ਆਹ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਸਲੱਗ ਵਗੈਰਾ ਲਗਾ ਲਈ ਆ ਅਤੇ ਇਸਦੀ ਲੀਕਿੰਗ ਵਗੈਰਾ ਦਾ ਵੀ ਕੋਈ ਪ੍ਰੋਸੈਸ ਨਾ ਆਵੇ ਤਾਂ ਹੁਣ ਇਹਨੂੰ ਆਪਾਂ ਕਰ ਦੇਣਾ ਫੀਡਿੰਗ ਬਰੋਬਰ। ਦੋਸਤੋ ਤਾਂ ਫਾਈਨਲੀ ਬਾਈਕ ਦਾ ਇੰਜਨ ਨੂੰ ਤਿਆਰ ਕਰਕੇ ਕਸ ਲਿੱਤਾ ਗਿਆ ਹੈਗਾ ਅਤੇ ਇੰਜਨ ਨੂੰ ਕਰ ਦਿੱਤਾ ਗਿਆ ਸਟਾਰਟ ਦਾ, ਤੁਸੀਂ ਦੇਖ ਸਕਦੇ ਹੋ। ਅਤੇ ਇਸਦੀ ਆਪਾਂ ਕਰ ਦਿਆਂਗੇ ਟਰਾਈ, ਟਰਾਈ ਕਰਾਂਗੇ ਆਪਾਂ ਸ਼ਾਮ ਵਕਤ ਕਿਉਂਕਿ ਇਸਦੇ ਨਾ ਵੈਜਰ ਵਗੈਰਾ ਫੀਡਿੰਗ ਕਰਨੀ ਆ ਜੇ ਅਤੇ ਇਸਨੂੰ ਆਪਾਂ ਟਰਾਇਲ ਕਰਕੇ ਫਿਰ ਤਾਂ
ਵੀ ਇਹਦੇ ਹੋਰ ਕਿੰਨੀ ਕੁ ਪ੍ਰੋਬਲਮ ਆਈ ਆ ਅਤੇ ਗੇਅਰ ਕਿਸ ਤਰ੍ਹਾਂ ਕੰਮ ਕਰ ਰਿਹਾ ਹੈਗਾ ਅਤੇ ਕਸਟਮਰ ਦਾ ਰਿਵਿਊ ਵੀ ਦਵਾਵਾਂਗੇ।